ਅੱਜ ਸ਼੍ਰੀ ਰਾਮ ਲੱਲਾ ਵਿਰਾਜਮਾਨ ਦਿਵਸ ਦੇ ਸੰਬੰਧ ਵਿੱਚ ਅਰਬਨ ਸਟੇਟ ਫਗਵਾੜਾ ਦੇ ਸ਼ਿਵ ਮੰਦਿਰ ਵਿੱਚ ਦੀਪਮਾਲਾ ਕੀਤੀ ਗਈ ਔਰ ਬਕਾਇਦਾ ਅੱਜ ਸਾਰਾ ਦਿਨ ਭਜਨ ਮੰਡਲੀ ਵੱਲੋਂ ਰਾਮ ਜੀ ਦਾ ਗੁਣਗਾਨ ਕੀਤਾ ਜਾਵੇਗਾ ਔਰ ਇਸ ਦੇ ਨਾਲ ਹੀ ਰਾਮ ਸ਼ਰਨਮ ਆਸ਼ਰਮ ਅਰਬਨ ਸਟੇਟ ਉੱਥੇ ਵੀ ਦੀਪਮਾਲਾ ਕੀਤੀ ਗਈ ਔਰ ਰਾਮ ਭਗਤਾਂ ਨੇ ਬਹੁਤ ਹੀ ਉਤਸ਼ਾਹ ਦੇ ਨਾਲ ਇਸ ਦਿਵਸ ਨੂੰ ਦਿਵਾਲੀ ਦੀ ਤਰ੍ਹਾਂ ਮਨਾਉਣ ਦੇ ਲਈ ਉਪਰਾਲਾ ਕੀਤਾ ਹੋਇਆ ਕਿਉਂਕਿ ਰਾਮ ਮੰਦਿਰ ਦੇ ਨਿਰਮਾਣ ਦੀ ਇਹ ਪ੍ਰਕਿਰਿਆ ਰਾਸ਼ਟਰ ਨੂੰ ਜੋੜਨ ਦਾ ਉੱਦਮ ਹੈ। ਇਹ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਕਹਿ ਚੁੱਕੇ ਹਨ ਕਿ ਇੱਕ ਬਹੁਤ ਵੱਡਾ ਯਤਨ ਹੈ ਔਰ ਅਯੁੱਧਿਆ ਦੇ ਵਿੱਚ ਇਹ ਸਾਨਾਮਤੀ ਹਾਜ਼ਰੀ ਲਈ ਪ੍ਰਧਾਨ ਮੰਤਰੀ ਜੀ ਨਰਿੰਦਰ ਮੋਦੀ ਜੀ ਉਹਨਾਂ ਦੇ ਨਾਲ ਆਨੰਦੀਬੇਨ ਪਟੇਲ, ਰਾਜਪਾਲ ਉੱਤਰ ਪ੍ਰਦੇਸ਼ ਡਾਕਟਰ ਮੋਹਨ ਭਾਰਗਵਤ, ਸਰਸੰਚਾਲਕ ਰਾਸ਼ਟਰੀ ਸਵੈਮ ਸੰਘ ਯੋਗੀ ਆਦਿੱਤਿਆਨਾਥ, ਮੁੱਖ ਮੰਤਰੀ ਉੱਤਰ ਪ੍ਰਦੇਸ਼ ਅਤੇ ਮਹੰਤ ਨ੍ਰਿਤ ਜੋਗੋਪਾਲ ਦਾਸ, ਪ੍ਰਧਾਨ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਖਾਸ ਤੌਰ 'ਤੇ ਉੱਥੇ ਪਧਾਰ ਰਹੇ ਹਨ। ਆਓ ਰਲ ਕੇ ਆ ਸਾਰੇ ਰਾਮ ਜੀ ਦਾ ਗੁਣ ਔਰ ਸ਼ੋਭਾ ਯਾਤਰਾ ਲਈ ਬਿਲਕੁਲ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਨੇ। ਆਓ ਦੇਖੀਏ ਕਿਸ ਤਰ੍ਹਾਂ ਥਾਂ ਥਾਂ 'ਤੇ LED ਲਾ ਕੇ ਜੋ ਵੀ ਸਮਾਗਮ ਅਯੁੱਧਿਆ ਦੇ ਵਿੱਚ ਹੋ ਰਿਹਾ ਉਹ ਸਾਰੇ ਦਾ ਸਿੱਧਾ ਪ੍ਰਸਾਰਣ ਸੰਗਤਾਂ ਨੂੰ ਦਿਖਾਇਆ ਜਾ ਰਿਹਾ। ਥਾਂ ਥਾਂ 'ਤੇ ਬਕਾਇਦਾ ਲੰਗਰ ਲੱਗੇ ਹੋਏ ਹਨ। ਬਹੁਤ ਉਤਸ਼ਾਹ ਹੈ, ਬਾਜ਼ਾਰ ਬਿਲਕੁਲ ਤੀੜੇ ਝੰਡਿਆਂ ਦੇ ਨਾਲ ਭਗਵੇਂ ਕੀਤਾ ਹੋਇਆ, ਸਾਰਾ ਬਾਜ਼ਾਰ ਬਿਲਕੁਲ ਬਹੁਤ ਖੁਸ਼ੀ ਦੀ ਲਹਿਰ ਹੈ। ਔਰ ਤੁਹਾਨੂੰ ਸਾਰਾ ਅੱਜ ਇਸ ਚੈਨਲ ਦੇ ਰਾਹੀਂ ਦਿਖਾਵਾਂਗੇ ਕਿ ਕਿਸ ਤਰ੍ਹਾਂ ਖੁਸ਼ੀਆਂ ਮਨਾਈਆਂ ਜਾ ਰਹੀਆਂ ਹਨ।
ਅੱਜ ਬਹੁਤ ਹੀ ਭਾਗਾਂ ਵਾਲਾ ਦਿਨ ਹੈ ਕਿ ਜੋ ਆਪਾਂ 500 ਸਾਲ ਤੋਂ ਇਸ ਦਿਨ ਨੂੰ ਉਡੀਕ ਰਹੇ ਸੀਗੇ ਸਾਰੇ ਹੀ ਦੇਸ਼ ਵਾਸੀਆਂ ਲਈ ਔਰ ਜਿੰਨੇ ਪ੍ਰਭੂ ਸ੍ਰੀ ਰਾਮ ਦੇ ਉਪਾਸਕ ਆ ਉਹਨਾਂ ਲਈ ਇਹ ਬਹੁਤ ਵੱਡਾ ਇਹ ਦਿਨ ਹੈ ਜੋ ਅੱਜ ਅਸੀਂ ਆਪਣੀ ਅੱਖਾਂ ਦੇ ਨਾਲ ਰਾਮ ਮੰਦਿਰ ਬਣਦਾ ਹੋਇਆ ਦੇਖ ਰਹੇ ਹਾਂ। ਸੋ ਮੈਂ ਜਿੱਥੇ ਸਾਰੇ ਦੇਸ਼ ਵਾਸੀਆਂ ਨੂੰ ਉੱਥੇ ਦੁਨੀਆਂ ਦੇ ਵਿੱਚ ਜਿੰਨੇ ਵੀ ਜਗ੍ਹਾ ਕੋਨੇ ਕੋਨੇ ਤੇ ਬੈਠੇ ਪ੍ਰਭੂ ਸ੍ਰੀ ਰਾਮ ਦੇ ਉਪਾਸਕਾਂ ਨੂੰ ਬਹੁਤ ਬਹੁਤ ਇਸ ਦਿਨ ਦੀ ਵਧਾਈ ਦਿੰਦਾ ਹਾਂ ਔਰ ਸਭ ਨੂੰ ਇਹ ਅਪੀਲ ਕਰਦਾ ਹਾਂ ਕਿ ਆਪਾਂ ਪ੍ਰਭੂ ਸ੍ਰੀ ਰਾਮ ਦੇ ਉਹਨਾਂ ਦੇ ਚਰਨਾਂ ਦੇ ਵਿੱਚ ਇਹ ਅਰਦਾਸ ਕਰੀਏ ਕਿ ਆਪਾਂ ਸਾਰੇ ਹੀ ਸਮਾਜ ਨੂੰ ਉਹ ਚੜ੍ਹਦੀ ਕਲਾ ਵਿੱਚ ਰੱਖਣ ਔਰ ਆਪਾਂ ਜਿੱਦਾਂ ਦੀਵਾਲੀ ਦੇ ਦੀਪਾਵਲੀ ਦੇ ਦਿਨ ਆਪਾਂ ਘਰਾਂ ਨੂੰ ਆਪਣੇ ਸਜਾਉਂਦੇ ਹਾਂ ਏਦਾਂ ਹੀ ਦੀਪਮਾਲਾ ਕਰਕੇ ਅੱਜ ਆਪਾਂ ਆਪਣੇ ਘਰਾਂ ਨੂੰ ਦੀਪਮਾਲਾ ਕਰਕੇ ਸਜਾਈਏ ਔਰ ਪ੍ਰਭੂ ਰਾਮ ਦਾ ਆਸ਼ੀਰਵਾਦ ਲੈਂਦੇ ਰਹੀਏ। ਜੈ ਸ੍ਰੀ ਰਾਮ। ਪ੍ਰਭੂ ਰਾਮ ਭਾਰਤ ਰਾਸ਼ਟਰ ਕੀ ਆਸਥਾ ਹੈ, ਭਾਰਤ ਰਾਸ਼ਟਰ ਕਾ ਅਸਤਿਤਵ ਹੀ ਪ੍ਰਭੂ ਰਾਮ ਹੈ। ਮੈਂ ਸਾਰੇ ਭਾਰਤ ਵਰਸ਼ ਕੇ ਸਭੀ ਨਾਗਰਿਕੋ ਕੋ ਦੇਸ਼ ਵਿਦੇਸ਼ ਮੇ ਰਹਿ ਰਹੇ ਸਭੀ ਭਾਰਤ ਵੰਸ਼ੋ ਕੋ ਬਹੁਤ ਬਹੁਤ ਬਧਾਈ ਦੇਤਾ ਹੂੰ। ਆਜ ਅਯੋਧਿਆ ਮੇ ਭਵ੍ਯ ਰਾਮ ਮੰਦਿਰ ਕਾ ਜੋ ਨਿਰਮਾਣ ਕਾਰਯ ਚਲ ਰਿਹਾ ਹੈ, ਆਜ ਉਸਮੇ ਪ੍ਰਭੂ ਜੋ ਰਾਮ ਲੀਲਾ ਹੈ
उनकी प्राण प्रतिष्ठा है। और इसी के साथ मैं माननीय प्रधानमंत्री श्री नरेंद्र भाई मोदी जी का भी धन्यवाद करना चाहूंगा, जिनका तप, जिनकी भक्ति ने ये सब संभव कर दिखाया, और सारे राष्ट्र को भी आज के इस पावन दिवस पर, जिसको हम दीपावली ही कहेंगे, सभी को बहुत बहुत शुभकामनाएं और हार्दिक बधाई। जय श्री राम। ਜੈ ਸ਼੍ਰੀ ਰਾਮ, ਜੈ ਸ਼੍ਰੀ ਰਾਮ, ਜੈ ਸ਼੍ਰੀ ਰਾਮ। ਔਰ ਮੇਰੇ ਨਾਲ ਇੱਧਰ ਮਹੇਸ਼ ਬਾਗਾ ਜੀ, ਉਹ ਵੀ ਤੁਸੀਂ ਕੋਈ ਸੰਗਤਾਂ ਨੂੰ ਕਹਿਣਾ ਚਾਹੋਗੇ? ਬਿਲਕੁਲ ਜੀ, ਜੈ ਸ਼੍ਰੀ ਰਾਮ। ਪਹਿਲਾਂ ਤਾਂ ਮੈਂ ਨਰਿੰਦਰ ਮੋਦੀ ਜੀ ਨੂੰ ਬਹੁਤ ਬਹੁਤ ਧੰਨਵਾਦ ਕਰਦਾ ਵਾਂ, ਉਹ ਸਾਡੇ ਫਗਵਾੜੇ ਦੇ ਮਾਨਣੀ ਸੋਮ ਪ੍ਰਕਾਸ਼ ਜੀ ਦਾ ਬਹੁਤ ਧੰਨਵਾਦ, ਜਿਨ੍ਹਾਂ ਨੇ ਸਾਡਾ ਫਗਵਾੜਾ ਅਯੋਧਿਆ ਬਣਾਤਾ। ਔਰ ਅੱਜ ਮੈਂ ਸਾਰਿਆਂ ਨੂੰ ਕਹਿੰਦਾ, ਆਪਣੇ ਘਰ ਦੀ ਮਾਲਾ ਜਗਾਓ ਤੇ ਜੈ ਸ਼੍ਰੀ ਰਾਮ ਦੇ ਜੈਕਾਰੇ ਲਾਓ। ਬਹੁਤ ਬਹੁਤ ਸ਼ੁਕਰੀਆ। ਔਰ ਤੁਹਾਨੂੰ ਮੈਂ ਸਨਮੁਖ ਕਰਨ ਜਾ ਰਿਹਾ ਹੈਪੀ ਬ੍ਰੋਕਰ ਜੀ ਦੇ। ਜੈ ਸ਼੍ਰੀ ਰਾਮ ਸਾਰੇ ਪਰਿਵਾਰ ਨੂੰ, ਸਾਰੇ ਸੰਗਤ ਦਾ ਬਹੁਤ ਵਧਾਈ। ਜੈ ਸ਼੍ਰੀ ਰਾਮ। ਔਰ ਬੱਗਾ ਜੀ ਨੂੰ ਵੀ ਮੈਂ ਬੇਨਤੀ ਕਰਦਾ, ਉਹ ਵੀ ਸੰਗਤਾਂ ਨਾਲ ਜੈ ਸ਼੍ਰੀ ਰਾਮ। ਸਾਰੇ ਫਗਵਾੜੇ ਨੂੰ ਬਹੁਤ ਬਹੁਤ ਵਧਾਈਆਂ ਜੀ। ਔਰ ਅੱਜ ਦੇ ਅਯੁੱਧਿਆ ਦਾ ਵਾਤਾਵਰਨ ਜਿਹੜਾ ਫਗਵਾੜੇ ਦੇ ਵਿੱਚ, ਜਿਹੜਾ ਕਿ ਪ੍ਰਾਣ ਪ੍ਰਤਿਸ਼ਠਾ ਪ੍ਰੋਗਰਾਮ ਜਿਹੜਾ ਅਯੁੱਧਿਆ ਦੇ ਵਿੱਚ ਚੱਲ ਰਿਹਾ ਹੈ, ਉਸੇ ਲੜੀ ਦੇ ਵਿੱਚ ਅੱਜ ਫਗਵਾੜੇ ਦੇ ਵਿੱਚ ਵੀ ਆਦਰਣੀ ਸ਼੍ਰੀ ਸੋਮ ਪ੍ਰਕਾਸ਼ ਦੇ ਨੇਤ੍ਰਿਤਵ ਦੇ ਵਿੱਚ ਇੱਕ ਫਗਵਾੜਾ ਜਿਹੜਾ ਹੈ ਪੂਰਾ ਅਯੁੱਧਿਆ ਬਣ ਗਿਆ ਹੈ। ਉਹ ਸੋ ਮੈਂ ਇਸ ਕਰਕੇ ਪੂਰੇ ਫਗਵਾੜੇ ਵੱਲੋਂ ਸੋਮ ਪ੍ਰਕਾਸ਼ ਜੀ ਨੂੰ ਔਰ ਇਹਨਾਂ ਦੇ ਪੂਰੇ ਪਰਿਵਾਰ ਨੂੰ ਔਰ ਇਹਨਾਂ ਦੇ ਪੂਰੇ ਮੰਤਰੀ ਮੰਡਲ ਨੂੰ ਮੈਂ ਫਗਵਾੜੇ ਵੱਲੋਂ ਬਹੁਤ ਹਾਰਦਿਕ ਵਧਾਈਆਂ ਦਿੰਦਾ ਕਿ ਜਿਹੜਾ ਇਹਨਾਂ ਨੇ ਬਹੁਤ ਅੱਛਾ ਪ੍ਰੋਗਰਾਮ ਬਣਾਇਆ। ਇਸ ਦੇ ਨਾਲ ਸਾਡੇ ਲੋਕਾਂ ਦੇ ਵਿੱਚ ਬਹੁਤ ਸਾਰੀ ਜਾਗ੍ਰਿਤੀ ਪੈਦਾ ਹੋਈ ਹੈ, ਜਿਹੜੀ ਸਭ ਤੋਂ ਵੱਡੀ ਉਪਲਬਧੀ ਹੈ। ਮੈਂ ਸਮਝਦਾ ਹਾਂ ਕਿ ਹਰ ਲੋਕ ਇਸ ਲਈ ਜਾਗ੍ਰਿਤ ਹੈ, ਹਰ ਵਿਅਕਤੀ ਘਰ ਘਰ ਦੇ ਵਿੱਚ ਝੰਡੇ ਲਹਿਰਾ ਰਹੇ ਹਨ, ਦੀਪਮਾਲਾ ਹੋ ਰਹੀ ਹੈ, ਪਟਾਕੇ ਚੱਲ ਰਹੇ ਹਨ।
ਆਪਣੇ ਵਚਨ ਸਾਂਝੇ ਕਰੋ। ਅੱਜ ਇਤਿਹਾਸਿਕ ਦਿਨ, ਪੰਜ ਸੌ ਸਾਲ ਦੀ ਉਡੀਕ ਤੋਂ ਬਾਅਦ ਅਯੁੱਧਿਆ ਵਿਖੇ ਭਗਵਾਨ ਰਾਮ ਦਾ ਮੰਦਰ ਦੀ ਪ੍ਰਧਾਨ ਪ੍ਰਤਿਸ਼ਠਾ ਹੋ ਰਹੀ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਭਾਈ ਮੋਦੀ ਜੀ ਦੀ ਅਗਵਾਈ ਵਿੱਚ ਇਹ ਪ੍ਰਾਪਤੀ ਹੋਈ ਹੈ। ਮੈਂ ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਦਿੰਦਾ। ਸਾਰੇ ਰਲ ਕੇ ਅੱਜ ਪੁਰਬ ਦਿਵਸ ਮਨਾ ਰਹੇ ਨੇ, ਦੀਪ ਵਾਲਾ ਕਰ ਰਹੇ ਨੇ, ਝੰਡੇ 'ਤੇ ਝੂਲ ਰਹੇ ਨੇ। ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕ। ਜਿਹੜਾ ਸਾਡੇ ਜੀਵਨ ਦੇ ਵਿੱਚ ਸਾਨੂੰ ਦਿਹਾੜਾ ਦੇਖਣ ਨੂੰ ਮਿਲਿਆ, ਮੈਂ ਜਿੱਥੇ ਆਪਣੇ ਸ਼ਹਿਰ ਤੋਂ ਆਪਣੇ ਕੌਂਸਟੀਚੁਐਂਸੀ ਤੋਂ ਸੋਮ ਪ੍ਰਕਾਸ਼ ਜੀ ਦਾ ਧੰਨਵਾਦ ਕਰਦਾ, ਉੱਥੇ ਮੈਂ ਆਪਣੇ ਦੇਸ਼ ਦੇ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦਾ ਵੀ ਧੰਨਵਾਦ ਕਰਦਾ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਇੱਕ ਬਹੁਤ ਵੱਡਾ ਹਿੱਸਾ ਇਸ ਪਕਸ਼ ਦੇ ਵਿੱਚ ਲਾ ਕੇ ਸਾਨੂੰ ਇਹ ਦਿਨ ਦੇਖਣ ਨੂੰ ਅੱਜ ਬਹੁਤ ਵਧੀਆ ਭਾਗਾਂ ਵਾਲੇ ਬਣਾਇਆ। ਜੈ ਸ਼੍ਰੀ ਰਾਮ, ਜੈ ਸ਼੍ਰੀ ਰਾਮ। ਅੱਜ ਜੋ ਰਾਮ ਮੰਦਰ ਦੀ ਨਿਰਮਾਣ ਹੋਇਆ ਹੈ ਅਯੁੱਧਿਆ ਦੇ ਵਿੱਚ, ਉਹਦੀ ਮੈਂ ਸਾਰੇ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਸ਼੍ਰੋਮਣੀ ਅਕਾਲੀ ਦਲ ਵੱਲੋਂ, ਕਿਉਂਕਿ ਇਹ ਜਿਹੜਾ
ਇੱਕ ਸਰਕਾਰ ਨੇ ਜੋ ਪਵਰਕਾਰ ਕੀਤਾ ਹੈ ਸਾਡੇ ਹਿੰਦੁਸਤਾਨ ਤੇ, ਇਹ ਬਹੁਤ ਹੀ ਵੱਡਾ ਹੈ। ਇਸ ਕਰਕੇ ਸਾਰੇ ਹੀ ਵਧਾਈ ਦੇ ਪਾਤਰ ਆ। ਇਹ ਇੱਕ ਜ਼ਰੂਰਤ ਸੀਗੀ ਦੇਸ਼ ਨੂੰ, ਬਹੁਤ ਹੀ ਵਧੀਆ ਤਰੀਕੇ ਨਾਲ ਬਹੁਤ ਸ਼ਾਨਦਾਰ ਜੋ ਮੰਦਰ ਦੀ ਉਸਾਰੀ ਕੀਤੀ ਆ, ਤਾਂ ਮੈਂ ਸਾਰੇ ਹੀ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੈ ਸ਼੍ਰੀ ਰਾਮ। ਅੱਜ ਦਾ ਦਿਨ ਜਿੱਥੇ ਐਡਾ ਮਹਾਨ ਕਾਰਿਆ ਹੋ ਰਿਹਾ ਹੈ ਪੂਰੇ ਭਾਰਤ ਵਰਸ਼ ਦੇ ਵਿੱਚ, ਜਿੱਥੇ ਅੱਜ ਰਾਮ ਮੰਦਿਰ ਦੀ ਪ੍ਰਾਣ ਪ੍ਰਤਿਸ਼ਠਾ ਦਾ ਕਾਰਜਕ੍ਰਮ ਚੱਲ ਰਿਹਾ ਹੈ, ਉਸੇ ਨਿਮਿਤ ਹੀ ਸਾਡੀ ਮਨੁੱਖਤਾ ਦੀ ਸੇਵਾ ਵੈਲਫੇਅਰ ਸੁਸਾਇਟੀ ਵੱਲੋਂ ਇੱਕ ਬਹੁਤ ਮਹਾਨ ਕੰਮ ਕੀਤਾ, ਜਿਹੜਾ ਖੂਨਦਾਨ, ਜਿਹੜਾ ਕਿ ਸਭ ਤੋਂ ਮਹਾਨ ਦਾਨ ਜਿਹਨੂੰ ਕਿਹਾ ਜਾਂਦਾ ਹੈ। ਉਸ ਦੇ ਨਿਮਿਤ ਇਹ ਸੁਸਾਇਟੀ ਨੇ ਅੱਜ ਬੱਸ ਸਟੈਂਡ ਵਿਖੇ ਇੱਕ ਬਹੁਤ ਵੱਡਾ ਕੈਂਪ ਲਗਾਇਆ ਹੈ। ਸਵੇਰ ਤੋਂ ਲੋਕ ਲਗਾਤਾਰ ਇੱਥੇ ਆ ਰਹੇ ਆ, ਔਰ ਦੇਖੋ ਤੁਹਾਡੇ ਸਾਹਮਣੇ ਬਹੁਤ ਸਾਰੇ ਲੋਕ ਆਪਣਾ ਬਲੱਡ ਡੋਨੇਟ ਕਰ ਰਹੇ ਨੇ। ਅਸੀਂ ਉਸ ਪ੍ਰਭੂ ਅੱਗੇ ਪ੍ਰਾਰਥਨਾ ਕਰਦੇ ਹਾਂ ਕਿ ਜਿਹੜਾ ਵੀ ਇਸ ਕਾਰਜ ਦੇ ਨਿਮਿਤ ਲੱਗਾ ਹੈ ਉਸ ਦੀ ਮਨੋਕਾਮਨਾਵਾਂ ਪੂਰਨ ਹੋਣ, ਔਰ ਸਾਡਾ ਭਾਰਤ ਜਿਹੜਾ ਹੈ ਇੱਕ ਮਹਾਨ ਦੇਸ਼ ਬਣੇ ਜਿਹਦਾ ਪੂਰੇ ਵਿਸ਼ਵ ਦੇ ਵਿੱਚ ਨਾਮ ਹੈ। ਅੱਗੇ ਸਾਡੇ ਨੌਜਵਾਨ ਵੱਧ ਕੇ ਹੋਰ ਇਸ ਕੰਮ ਦੇ ਵਿੱਚ ਵੱਧ ਚੜ੍ਹ ਕੇ ਆਪਣਾ ਸਹਿਯੋਗ ਦੇਣ। ਜੈ ਸ਼੍ਰੀ ਰਾਮ।
ਜੈ ਸ਼੍ਰੀ ਰਾਮ ਜੀ। ਅੱਜ ਸਾਡੇ ਸ਼੍ਰੀ ਰਾਮ ਜੀ ਦਾ ਮੰਦਿਰ ਬਣ ਕੇ ਤਿਆਰ ਹੋ ਗਿਆ ਹੈ, ਉਹਨਾਂ ਦੇ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਅੱਜ ਹੋ ਚੁੱਕਾ ਹੈ। ਉਸ ਕਰਕੇ ਸਾਰੇ ਦੇਸ਼ ਵਾਸੀਆਂ ਨੂੰ, ਸ਼ਹਿਰ ਵਾਸੀਆਂ ਨੂੰ ਲੱਖ ਲੱਖ ਵਧਾਈ ਹੋਵੇ ਔਰ ਪਰਮਾਤਮਾ ਚੜ੍ਹਦੀ ਕਲਾ ਚ ਰੱਖੇ। श्री रामनाथ स्वामी मंदिर हो या फिर धनुष तोड़ी, मेरा सौभाग्य है कि इसी पुनीत पवित्र भाव के साथ मुझे सागर से सरयू तक की यात्रा का अवसर मिला। सागर से सरयू तक हर जगह राम नाम का वही उत्सव भाव छाया हुआ है। प्रभु राम तो भारत की आत्मा के कण कण से जुड़े हुए हैं। राम भारतवासियों के अंतर मन में विराजे हुए हैं। हम भारत में कहीं भी दीप देश को समायोजित करने वाला सूत्र और क्या हो सकता है। मेरे प्यारे देशवासियों, मुझे देश के कोने कोने में अलग अलग भाषाओं में रामायण सुनने का अवसर मिला है, लेकिन विशेषकर पिछले 11 दिनों में राम